ਦੇ ਪਹਿਲਾਂ ਵੀ ਇਸੇ ਤਰ੍ਹਾਂ ਅਸੀਂ ਸੰਸਕਾਰ ਕੀਤੇ ਆ। ਸਮਾਜ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਨੂੰ ਸੰਦੇਸ਼ਾ ਦੇਣਾ ਚਾਹੁੰਦਾ ਵੀ ਜਿਨ੍ਹਾਂ ਦੇ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਜਿਹੜੇ ਰੁਲਣ ਵਾਸਤੇ ਸੜਕਾਂ 'ਤੇ ਛੱਡ ਦਿੰਦੇ ਨੇ, ਜਿਹਨਾਂ ਘੱਟ ਸਾਡੇ ਕੋਲ ਬੜੇ ਨੇ ਐਸੇ ਜਿਹੜੇ ਅਸੀਂ ਸੜਕਾਂ ਤੋਂ ਚੁੱਕ ਕੇ ਲਿਆਉਂਦੇ ਨੇ, ਬਜ਼ੁਰਗ ਵਿਚਾਰੇ ਸਾਰੀ ਉਮਰ ਵਿਚਾਰੇ ਪਰਿਵਾਰਾਂ ਦੇ ਲਈ ਕੰਮ ਕਰਦੇ ਨੇ, ਜਦੋਂ ਸਰੀਰ ਅਸਮਰੱਥ ਹੋ ਜਾਂਦਾ ਕਮਾਉਣ ਤੋਂ ਉਹ ਬਜ਼ੁਰਗਾਂ ਨੂੰ ਚੁੱਕ ਕੇ ਕੋਈ ਰੇਲਵੇ ਸਟੇਸ਼ਨ 'ਤੇ ਛੱਡ ਜਾਂਦਾ, ਕੋਈ ਦਰਬਾਰ ਸਾਹਿਬ ਦੇ ਇਰਦ ਗਿਰਦ ਛੱਡ ਜਾਂਦਾ। ਬੜੇ ਐਸੇ ਨੇ ਜਿਹੜੇ ਅਸੀਂ ਦਰਬਾਰ ਸਾਹਿਬ ਦੇ ਇਰਦ ਗਿਰਦ ਤੋਂ ਚੁੱਕ ਕੇ ਲਿਆਉਂਦੇ ਨੇ ਵਿਚਾਰੇ। ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਬਜ਼ੁਰਗ ਜਿਹੜੇ ਨੇ ਇਹ ਪਰਮਾਤਮਾ ਦੀ ਇੱਕ ਨਿਆਮਤ ਨੇ। ਪਰਮਾਤਮਾ ਜਿਸ ਬੱਚਿਆਂ ਜਿਨ੍ਹਾਂ ਬੱਚਿਆਂ ਨੂੰ ਪਰਮਾਤਮਾ ਨੇ ਬਜ਼ੁਰਗ ਦਿੱਤੇ ਨੇ, ਸਮਝੋ ਕਿ ਉਹ ਸਭ ਤੋਂ ਵੱਡੀ ਪਰਮਾਤਮਾ ਨੇ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਆਪਣੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਰੋਲਣ ਵਾਸਤੇ ਨਾ ਸੰਸਾਰ 'ਤੇ ਛੱਡੋ। ਉਹ ਕਿੰਨਾ ਕੁ ਸਮਾਂ ਨੇ, ਕਿੰਨੇ ਕੁ ਸਵਾਸ ਨੇ। ਵਿਚਾਰੀ ਸਾਡੇ ਕੋਲ 7 ਦਸੰਬਰ ਨੂੰ ਆਈ, ਪਤਾ ਨਹੀਂ ਇਹਦਾ ਭਰਾ ਛੱਡ ਕੇ ਗਿਆ ਸੀ, ਕੌਣ ਛੱਡ ਕੇ ਗਿਆ ਸੀ, ਰੇਲਵੇ ਸਟੇਸ਼ਨ 'ਤੇ ਲਾ ਗਿਆ ਸੀ, ਪਤਾ ਨਹੀਂ ਕਿੱਥੋਂ ਦੀ ਸੀ, ਕਿਹੜੀ ਧਰਤੀ ਦਾ ਜਨਮ ਸੀ ਇਸ ਦਾ, ਕਿਉਂਕਿ ਇਹਨੇ ਪੂਰਾ ਦੱਸਿਆ ਨਹੀਂ ਹੈ। ਅਤੇ ਕਿੰਨਾ ਕੁ ਸਮਾਂ ਬਜ਼ੁਰਗ ਵਿਚਾਰੇ ਰਹਿੰਦੇ ਨੇ। ਅੱਜ ਮੇਰਾ ਖਿਆਲ ਹੈ ਕਿ 2 ਮਾਰਚ ਹੈ, 2 ਅਪ੍ਰੈਲ ਹੈ, 2023 ਹੈ, ਅਤੇ ਪਿਛਲੇ ਸਾਲ 7 ਦਸੰਬਰ ਨੂੰ ਅਸੀਂ ਲੈ ਕੇ ਆਏ ਸੀ ਸਿਆਲ ਦੇ ਵਿੱਚ। ਹਾਂਜੀ, ਅਸੀਂ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਸਭ ਤੋਂ ਪਹਿਲਾਂ ਆਪਾਂ ਇਨਸਾਨ ਹਾਂ, ਧਰਮਾਂ ਦੀ ਗੱਲ ਜਿਹੜੀ ਚੱਲਦੀ ਹੈ ਉਹ ਜਿਨ੍ਹਾਂ ਦੇ ਧਰਮ ਨੇ ਉਹਨਾਂ ਨੂੰ ਪਿਆਰੇ ਨੇ, ਹਰੇਕ ਨੂੰ ਆਪਣਾ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਪਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਪਹਿਲਾਂ ਬਖਸ਼ਿਆ ਕਿ ਮਨੁੱਖਤਾ ਦੇ ਭਲੇ ਦੀ ਜੇ ਅਸੀਂ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ, ਤਾਂ ਸਰਬੱਤ ਦਾ ਭਲਾ ਕਰਨਾ ਵੀ ਸਾਨੂੰ ਆਉਣਾ ਚਾਹੀਦਾ। ਸੋ ਇਸ ਕਰਕੇ ਮੇਰੀ ਇਹੀ ਬੇਨਤੀ ਹੈ ਕਿ ਬਜ਼ੁਰਗਾਂ ਨੂੰ ਸਾਂਭੋ, ਜੇ ਨਹੀਂ ਸਾਂਭੇ ਜਾਂਦੇ ਤਾਂ ਪਲੀਜ਼ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਨੰਬਰ ਬੋਲ ਦਿਓ, ਸਾਡਾ ਸੰਪਰਕ ਨੰਬਰ ਹੈ ਜੀ 7833778598, 7837478598। ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਕੋਈ ਲਵਾਰਸ, ਬੇਸਹਾਰਾ, ਕੋਈ ਮ੍ਰਿਤਕ ਹੋਵੇ ਜਿਹਦਾ ਕੋਈ ਸੰਸਕਾਰ ਕਰਨ ਵਾਲਾ ਕੋਈ ਨਾ ਹੋਵੇ, ਉਹ ਸਾਡਾ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦਾ। ਪਹਿਲਾਂ ਵੀ ਅਸੀਂ ਲਵਾਰਸ ਲੋਕਾਂ ਦੇ ਸੰਸਕਾਰ ਕੀਤੇ ਨੇ, ਤਾਂ ਅਗਾਂਹ ਵੀ ਅਸੀਂ ਇਸ ਸੇਵਾ ਨੂੰ ਆਪਣੀ ਸੰਸਥਾ ਵੱਲੋਂ ਜਾਰੀ ਰੱਖਾਂਗੇ। ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ, ਜਿਸ ਕਰੋ ਸੰਸਕਾਰ ਕਰਨ ਜੋਗੇ ਵੀ ਪੈਸੇ ਨਹੀਂ ਹੈ। ਕਈ ਐਸੇ ਪਰਿਵਾਰ ਵੇਖੇ ਨੇ ਜਿਨ੍ਹਾਂ ਅਖੰਡ ਪਾਠ ਸਾਹਿਬ ਜੋਗੇ ਵਿਚਾਰਿਆਂ ਦੇ ਕਿਰਿਆ ਕਰਮ ਕਰਨ ਜੋਗੇ ਵੀ ਪੈਸੇ ਨਹੀਂ ਸੀ ਹੁੰਦੇ। ਲੋਕਡਾਊਨ ਦੇ ਵਿੱਚ ਸਾਡੀ ਸੰਸਥਾ ਨੇ ਉਹਨਾਂ ਦੀ ਜਾ ਕੇ ਸੇਵਾ ਕੀਤੀ, ਹੁਣ ਵੀ ਕਰ ਰਹੇ ਹਾਂ।